ਇਹ ਤਸਵੀਰ ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਜ਼ਬਰਬਸਤੀ ਦੇ ਕਿਸਾਨ ਚਰਨਜੀਤ ਸਿੰਘ ਦੀ ਹੈ ਜਿਸ ਦਾ ਨਾਮ ਹੁਣ ਉਹਨਾਂ ਕਿਸਾਨਾਂ ਦੀ ਲਿਸਟ ਦੇ ਵਿੱਚ ਸ਼ਾਮਿਲ ਹੋ ਗਿਆ ਹੈ ਜਿਨ੍ਹਾਂ ਨੇ ਕਰਜ਼ੇ ਦਾ ਬੋਝ ਨਾ ਸਹਾਰਦੇ ਹੋਏ ਮੌਤ ਨੂੰ ਗਲੇ ਲਗਾ ਲਿਆ ਕਿਸਾਨ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਮ੍ਰਿਤਕ ਦੇ ਪਰਿਵਾਰ ਦੇ ਕੋਲ ਮਹਿਜ 2-3 ਏਕੜ ਜ਼ਮੀਨ ਹੈ ਜਿਸ ਕਾਰਨ ਉਹਨਾਂ ਦੀ ਆਰਥਿਕ ਹਾਲਤ ਬਹੁਤ ਕਮਜ਼ੋਰ ਹੈ परिवार दे सिर ते करीब 10 लाख रुपए का कर्जा है जिस कारण मृतक चरणजीत सिंह दी मागी तौर ते परेशान रहंदा सी मृतक किसान दे भरा अते पिंड दे सबका सरपंच ने सरकार तो मांग कीती है कि परिवार दा सारा कर्जा माफ कर दिता जावे अते परिवार नू 10 लाख दी आर्थिक सहायता दिती जावे ए कर्जा माफी च कोई ना नहीं आया ने कर बैंकां च कर्जा देना सी पछाड़तियां दा भी देना सी जिदे कारण परेशानी चल रहा सी एक दो दिन पहले ने खुदकुशी कर ली स्प्रे पी गई हाँ जी बचाने की कोशिश की पर नहीं बचे जंदला हॉस्पिटल एडमिट रहे जी पिछे कौन कौन रह गए पिछे तो एक बेटा ही रह गया छोटा ਉਹਦੀ ਉਮਰ ਵੀ ਨਾਬਾਲਗ ਜੀ ਆਉਂਦੀ ਜੀ ਇਹ ਘਟਨਾ ਮੇਰੇ ਪਿੰਡ ਦੀ ਘਟਨਾ ਜੀ ਚਰਨਜੀਤ ਸਿੰਘ ਸੀਗਾ ਜਿਹੜਾ ਇਹਨੇ ਕਰਜ਼ਾ ਦੇਣਾ ਸੀ ਬੈਂਕ ਦਾ ਵੀ ਕਰਜ਼ਾ ਸੀਗਾ ਅਤੇ ਆੜਤੀਆਂ ਦਾ ਵੀ ਕਰਜ਼ਾ ਸੀ ਜਿਹਦੇ ਕਾਰਨ ਇਹ ਪਰੇਸ਼ਾਨ ਰਹਿੰਦਾ ਸੀ ਜ਼ਮੀਨ ਬਹੁਤ ਥੋੜ੍ਹੀ ਸੀ ਹਿੱਸੇ ਠੇਕੇ ਲੈ ਕੇ ਆਪਦਾ ਗੁਜ਼ਾਰਾ ਕਰਦੇ ਸੀਗੇ ਅਤੇ ਉਹ ਪਰੇਸ਼ਾਨ ਰਹਿਣ ਕਾਰਨ ਪਿਛਲੇ ਇਹਨੇ 2-3 ਦਿਨ ਪਹਿਲਾਂ ਜਿਹੜੀ ਆ ਸਪਰੇਅ ਪੀ ਲਈ ਸੀ ਕੱਲ੍ਹ ਇਹਦੀ ਡੈਥ ਹੋ ਗਈ ਆ ਕੱਲ੍ਹ ਪਿਛਲੇ ਸਮੇਂ ਤੋਂ ਜਿਹੜੇ ਫਸਲਾਂ ਹੋ ਨਹੀਂ ਰਹੀਆਂ ਅਤੇ ਕਰਜ਼ਾ ਰੋਜ਼ ਦੀ ਰੋਜ਼ ਚੜ੍ਹ ਰਿਹਾ ਸੀਗਾ ਉਸ ਕਾਰਨ ਪਰੇਸ਼ਾਨ ਰਹਿੰਦਾ ਸੀਗਾ ਸਰਕਾਰ ਨੇ ਕਰਜ਼ਾ ਮਾਫੀ ਦਾ ਵਾਅਦਾ ਕੀਤਾ ਕੋਈ ਕਰਜ਼ਾ ਮਾਫ ਹੋਇਆ ਨਾ ਜੀ ਇਹਦੇ ਕੋਲੇ ਜ਼ਮੀਨ ਵੀ 3 ਕਿੱਲੇ ਆ ਬਸ ਉਹਦਾ ਕੋਈ ਕਰਜ਼ਾ ਮਾਫੀ 'ਚ ਤਾਂ ਇਹਦਾ ਨਾਂ ਨਹੀਂ ਆਇਆ ਅਤੇ ਇਸ ਕਾਰਨ ਕਰਜ਼ਾ ਸੀਗਾ ਬੈਂਕ ਦਾ ਵੀ ਕਰਜ਼ਾ ਆੜਤੀਆਂ ਦਾ ਵੀ ਕਰਜ਼ਾ ਸੀ ਪਰੇਸ਼ਾਨ ਰਹਿੰਦਾ ਸੀਗਾ ਕੀ ਮੰਗ ਕੀ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਸਰਕਾਰ ਤੋਂ ਵੀ ਜਿਹੜੇ ਕਿਸਾਨ ਹੈ ਖੁਦਕਸ਼ੀਆਂ ਕਰ ਰਹੇ ਆ ਸਾਰੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਸਰਕਾਰ ਆਪਦੇ ਜਿਹੜੇ ਕੀਤੇ ਵਾਅਦੇ ਆ ਉਹ ਪੂਰੇ ਕਰੇ ਜਦੋਂ ਸਰਕਾਰ ਸੱਤਾ 'ਚ ਆਈ ਆ ਉਹਨਾਂ ਨੇ ਵਾਅਦੇ ਕੀਤੇ ਸੀ ਲੋਕਾਂ ਨਾਲ ਕਰਜ਼ਾ ਮਾਫ਼ ਕਰਨ ਦੇ ਤਾਂ ਉਹਨਾਂ ਨੂੰ ਕਰਜ਼ਾ ਮਾਫ਼ ਕਰਨਾ ਚਾਹੀਦਾ ਸਾਰਿਆਂ ਨੂੰ ਉਧਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ 174 ਦੀ ਕਾਰਵਾਈ ਕੀਤੀ ਜਾ ਰਹੀ ਹੈ ਆਪਣੇ ਥਾਣਾ ਤਲਮੰਡੀ ਸਾਬੋ ਜੀ 174 ਦੀ ਕਾਰਵਾਈ ਕਰੀ ਗਈ ਕਰਜ਼ਾ ਹੋਣ ਦਾ ਕਰਕੇ ਆਪਾਂ ਦਿਮਾਗੇ ਅਪਸੈਟ ਸੀਗਾ ਜੀ ਉਹਦਾ ਕਰਕੇ ਭਲੇਖੇ ਨਾਲ ਦਵਾਈ ਪੀ ਲਈ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਦਾ ਵਾਅਦਾ ਸਰਕਾਰ ਨੇ ਪੂਰਾ ਨਹੀਂ ਕੀਤਾ ਇਹੀ ਕਾਰਨ ਹੈ ਕਿ ਅੱਜ ਕਿਸਾਨ ਜਿਹੜੇ ਨੇ ਉਹ ਖੁਦ ਖੁਸ਼ੀਆਂ ਦੇ ਰਾਹ ਤੇ ਤੁਰ ਪਏ ਨੇ ਸਕਾਈ ਨਿਊਜ਼ ਪੰਜਾਬ ਦੇ ਲਈ ਤਲਵੰਡੀ ਸਾਬੋ ਤੋਂ ਹਰਮਿੰਦਰ ਸਿੰਘ ਅਵਿਨਾਸ਼ ਦੀ ਰਿਪੋਰਟ ਜੇ ਤੁਸੀਂ ਐਕਸਪ੍ਰੈਸ ਐਂਟਰੀ ਦੇ ਵਿੱਚ ਜਾਂ PNP ਦੇ ਥਰੂ ਜਾਂ LMIA ਦੇ ਥਰੂ ਜਾਂ ਜੋਬ ਆਫਰ ਦੇ ਥਰੂ ਜਾ ਕੇ ਪੱਕੇ ਤੌਰ ਤੇ ਸੈਟਲ ਹੋਣਾ ਚਾਹੁੰਦੇ ਹੋ ਜਾਂ ਤੁਸੀਂ ਸਟੂਡੈਂਟ ਵੀਜ਼ਾ ਤੇ ਕੈਨੇਡਾ ਜਾਂ ਆਸਟ੍ਰੇਲੀਆ ਸਕਾਲਰਸ਼ਿਪ ਦੇ ਨਾਲ ਘੱਟ ਫੀਸ ਤੇ ਤੁਹਾਡੇ ਐਜੂਕੇਸ਼ਨ 'ਚ ਗੈਪ ਹੈ ਤੇ ਤੁਸੀਂ ਪੜ੍ਹ ਕੇ ਜੇ ਸੈਟਲ ਹੋਣ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ ਤੁਸੀਂ ਹੇਠ ਲਿਖੇ ਨੰਬਰਾਂ ਤੇ ਕਾਲ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਫੇਸਬੁੱਕ ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ